اللهم صل على محمد وعلى آل محمد كما صليت على إبراهيم وعلى آل إبراهيم إنك حميد مجيد. اللهم بارك على محمد وعلى آل محمد كما باركت على إبراهيم وعلى آل إبراهيم إنك حميد مجيد. بسم اللہ الرحمن الرحیم. السلام علیکم پیارے ویورز، کی حال ہے؟ ٹھیک ٹھاک ہو؟ اللہ پاک تمہیں خوش رکھے جی. خاص دے رہو تو واس دے رہو. اللہ پاک تمام مسلمانوں دی مصیبتاں پریشانیاں اور بیماریوں کو محفوظ رکھے جی. دعا کرو اللہ پاک جنہیں مسلمان دے عزیز و اقارب جڑے فوت ہو چکے ہیں، اللہ پاک انہاں دی بخشش کرے. اللہ پاک ساڈے والدین دی بھی بخشش کرے جی. آمین. ਭਾਅ ਜੀ ਸੁਬਹ ਸੁਬਹ ਦਾ ਟਾਈਮ ਆ, ਜਾ ਰਹੇ ਹਾਂ ਆਪਣਾ ਮੁਲਤਾਨ ਦੇ ਸਫ਼ਰ 'ਤੇ ਜੀ, ਅਤੇ ਦੁਕਾਨ ਵਾਸਤੇ ਮਾਲ ਵਗੈਰਾ ਲੈਣ ਜਾਣਾ ਸੀਗਾ, ਅਤੇ ਅੱਲਾ ਖੈਰ ਕਰੇ ਦਸ ਨਹਿਰ ਤੋਂ ਸਫ਼ਰ ਸ਼ੁਰੂ ਕਰਦਾ ਪਿਆ ਫਤਿਹਪੁਰੋਂ. ਇਹ ਸਾਹਮਣੇ ਉਹ MM ਰੋਡ ਆ ਮੁਲਤਾਨ ਤੋਂ ਮੀਆਂ ਵਾਲੀ. ਅੱਲਾ ਖੈਰ ਕਰੇ, ਦੁਆ ਕਰੋ ਅੱਲਾ ਪਾਕ ਸਫ਼ਰ ਦੇ ਵਿੱਚ ਆਸਾਨੀ ਪੈਦਾ ਕਰੇ. ਖੈਰ ਉਹ ਆਫੀਅਤ ਨਾਲ ਜਾਈਏ ਆਈਏ. ਅਤੇ ਇਸ ਤੋਂ ਪਹਿਲੇ ਸਫ਼ਰ ਕਰਨ ਸ਼ੁਰੂ ਤੋਂ ਪਹਿਲੇ ਜਿਹਨਾਂ ਭਰਾਵਾਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਮੇਰੇ ਭਰਾ ਜੀ ਜਿਹੜੇ ਚੈਨਲ ਸਬਸਕ੍ਰਾਈਬ ਕਰ ਲੈਣ ਜੀ, ਅਤੇ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦਿਓ, ਤੁਹਾਡੀਆਂ ਮੁਹੱਬਤਾਂ ਸਾਡੇ ਨਾਲ. ਅਤੇ ਜਿਹਨਾਂ ਭਰਾਵਾਂ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਸਾਡੇ ਨਾਲ ਤਾਵਨ ਕੀਤਾ ਹੈ. ਅੱਲਾ ਪਾਕ ਉਹਨਾਂ ਦੇ ਰਿਜ਼ਕ ਵਿੱਚ ਉਮਰ 'ਚ ਬਰਕਤ ਦੇਵੇ. ਆਮੀਨ. ਪਿਆਰੀ ਵੇ ਸੁਬਹ ਮੌਸਮ ਵੀ ਬੜਾ ਪਿਆਰਾ ਹੈ, ਅਤੇ ਗਰਮੀ ਦੀ ਜਿਹੜੀ ਨਹੀਂ ਹੈ, ਹੁਣ ਮੌਸਮ ਨਾਰਮਲ ਹੋ ਗਿਆ ਸਾਡੇ ਇਲਾਕੇ ਦੇ ਵਿੱਚ. ਮੌਸਮ ਹੈ ਖੁਸ਼ਕ ਅੱਜ, ਪਾਕਿਸਤਾਨ ਦੇ ਸ਼ਮਾਲੀ ਇਲਾਕਿਆਂ ਦੇ ਵਿੱਚ ਬਾਰਿਸ਼ ਦੇ ਚਾਂਸ ਹੈਗੇ ਆ. ਪਿੰਡੀ ਇਸਲਾਮਾਬਾਦ ਮੀਆਂਵਾਲੀ ਤੱਕ ਬਾਰਿਸ਼ ਹੈ ਅੱਜ ਸ਼ਾਮ ਰਾਤ ਤੋਂ, ਅੱਲਾ ਖੈਰ ਕਰੇ. ਅਤੇ 15 ਤੋਂ ਬਾਅਦ ਆਪਣੇ ਇਲਾਕਿਆਂ 'ਚ ਵੀ ਬਾਰਿਸ਼ਾਂ ਹੋਣਗੀਆਂ 15 ਤੋਂ ਬਾਅਦ, ਹੈਗੇ ਨਾ ਇਸ ਮਹੀਨੇ ਦੇ ਆਖਰ 'ਤੇ. ਅਤੇ ਅੱਲਾ ਖੈਰ ਕਰੇ, ਸਫ਼ਰ ਸ਼ੁਰੂ ਕਰਦੇ ਹਾਂ ਜੀ. ਹੈ ਜੀ, ਫਤਿਹਪੁਰ ਵਾਲਾ ਟੂਲ ਪਲਾਜ਼ਾ ਕ੍ਰਾਸ ਕਰਦੇ ਪਏ ਹਾਂ. ਇਸ ਸਾਈਡ 'ਤੇ ਸਫੈਦਿਆਂ ਦਾ ਦਰਖਤ ਜੰਗਲ ਬਣਿਆ ਹੋਇਆ ਜੀ. MM ਰੋਡ ਮੁਲਤਾਨ ਤੋਂ ਮੀਆਂਵਾਲੀ ਰੋਡ, ਅਤੇ ਫਤਿਹਪੁਰ ਸ਼ਹਿਰੋਂ ਨਿਕਲਦੇ ਪਏ ਹਾਂ ਮੁਲਤਾਨ ਦੇ ਸਫ਼ਰ 'ਤੇ ਜੀ. ਅੱਲਾ ਖੈਰ ਕਰੇ, ਰੋਡ ਵੀ ਅਗਰ ਖਰਾਬ ਆ, ਰੋਡ ਨਵਾਂ ਬਣ ਰਿਹਾ ਜੀ. ਪੱਥਰ ਪਿਆ ਹੋਇਆ ਜੀ, ਇੱਕ ਦੋ ਜਗ੍ਹਾ ਤੋਂ ਖਰਾਬ ਆ ਰੋਡ ਏ, ਅਤੇ ਅੱਗੇ ਫਿਰ ਚੌਕ ਮੁੰਡੇ ਲੱਗ ਗਏ. ਚੌਕ ਮੁੰਡੇ ਸ਼ਹਿਰ 'ਚ ਦਾਖਲ ਹੋਣ ਲੱਗੇ, ਉਦੋਂ ਵੀ ਰੋਡ ਖਰਾਬ ਟੁੱਟਾ ਸਾਰਾ, ਉੱਥੇ ਪੱਥਰ ਵਗੈਰਾ ਪਿਆ ਹੋਇਆ. ਸੁਬਹ ਸੁਬਹ ਦਾ ਟਾਈਮ ਆ 7 ਵਜੇ ਦਾ. ਅੱਲਾ ਖੈਰ ਕਰੇ, ਜਾ ਰਹੇ ਮੁਲਤਾਨ. ਜੀ ਚੌਕ ਆਜ਼ਮ ਸ਼ਹਿਰ 'ਤੇ ਅਸੀਂ ਦਾਖਲ ਹੋ ਗਏ, ਅਤੇ ਚੌਕ ਆਜ਼ਮ ਵਾਲਿਆਂ ਨੂੰ ਸਾਡੀ ਤਰਫੋਂ ਸਲਾਮ ਹੋ ਗਿਆ ਜੀ. ਇਹ ਦੇਖੋ ਚੌਕ ਆਜ਼ਮ ਸ਼ਹਿਰ, ਅਤੇ ਚੌਕ ਆਜ਼ਮ ਸ਼ਹਿਰ ਦਾ ਗੋਲ ਚੌਕ, ਇਹ ਬਲੋਚਾਂ ਦਾ ਟਾਈਮ ਖੜਾ, ਪਿੰਡੀ ਇਸਲਾਮਾਬਾਦ ਦਾ ਟਾਈਮ ਖੜਾ. ਅੱਲਾ ਖੈਰ ਕਰੇ, ਇੱਥੋਂ ਮੈਡੀਕਲ ਸਟੋਰ ਤੋਂ ਲੈਂਦੇ ਹਾਂ ਮਾਸਕ. ਇਹ ਮੁਲਤਾਨ ਰੋਡ, ਅਤੇ ਇਹ ਆਪਣਾ ਲਈਆ ਰੋਡ. ਦੋਨੋਂ ਤਰਫ ਚੰਗਾ ਸ਼ੁਰੂ ਹੋ ਜਾਂਦਾ, 10-15 ਕਿਲੋਮੀਟਰ ਦਾ ਏਰੀਆ ਵਾ,
जरा जंगल का वा वीरान जगह मुजफ्फरगढ़ से लेइए सरहद के उत्ते वाक है ये बार्डर एरिया जी ढोरी अड्डा जनूबी पंजाब का पसमानदा इलाका जी जिला लइया हो गया मुजफ्फरगढ़ के इलाके हो गए चौक मुंडा चौक आदम हो गया फतेहपुर हो गया कोट हो गया ये नौसा शरीफ हो गया जनूबी पंजाब के पसमानदा इलाके इन्हें इन्हें ज़्यादा तरक्या नहीं हुई बस हुकूमत के ज़्यादा मरकज़ नहीं बने चक्कर जो रोड है वो सारे टूटे हुए इन्हें बस छोटा जहाँ से खत्म हो गया जी हम खैर कर अगे एक घंटा आएगा फिर फैजाबाद फैजाबाद हो गया शहर इसे तालब इलमी का जमाना गुजारिया इतने जी ए सामने जामिया कासम शरफुल इस्लाम 5 साल इतने पढ़े जी चौक मुंडा शहर शहर का बस ला रही अड्डा जी सामने चौक मुंडे शहर का गोल चौक ये मगरब वाले पासे कोट अद्दू रोड है मशरक वाले पासे रिंग रोड लाहौर फैसलाबाद ते सामने सीधा मुल्तान बहावलपुर के इलाके
ਮੁੰਡੇ ਸ਼ਹਿਰ ਦਾ ਗੋਲ ਚੌਕ ਆ ਗਿਆ ਜੀ। ਆ ਜੀ ਚੌਕ ਮੁੰਡਾ ਸ਼ਹਿਰ ਲੰਘ ਕੇ ਇਹ ਪੰਪ ਆ ਰਿਹਾ ਇੱਥੇ, ਅਤੇ ਇਹ ਦੇਖੋ ਇੱਥੇ ਬਹਿਣ ਦੀ ਜਗ੍ਹਾ ਵੀ ਹੈ, ਬੜੀ ਖੂਬਸੂਰਤ ਜਗ੍ਹਾ। ਇਹ ਨਾਲ ਪਰ ਵਾਸ਼ਰੂਮ ਬਣੇ ਹੋਏ ਆ, ਅਤੇ ਇੱਥੇ 10-15 ਮਿੰਟ ਆਰਾਮ ਕਰਦੇ ਹਾਂ ਜੀ। ਸਫ਼ਰ ਅੱਧਾ ਸਾਡਾ ਹੋ ਗਿਆ, ਅੱਧਾ ਰਹਿ ਗਿਆ ਮੁਲਤਾਨ ਦਾ। ਅਤੇ ਮਿੱਟੀ ਘੱਟਾ ਬਹੁਤ ਸੀ, ਰੋਡ ਬੜਾ ਖਰਾਬ ਸੀ, ਆਪਣਾ ਅਜ਼ੀਜ਼ਾਬਾਦ ਤੋਂ ਲੈ ਕੇ ਚੌਕ ਮੁੰਡੇ ਟੂਲ ਪਲਾਜ਼ੇ ਤੱਕ। ਅਤੇ ਚੌਕ ਮੁੰਡਾ ਸ਼ਹਿਰ ਟੱਪਿਆਂ ਦਾ ਰੋਡ ਕੋਈ ਬਿਹਤਰ ਹੋ ਗਿਆ ਜੀ। ਇਹ ਸਾਹਮਣੇ ਪਰੇ ਬਰੂਨ ਸ਼ੁਰੂ ਹੋ ਜਾਂਦਾ, ਇਹ ਦੇਖੋ ਜੀ ਪੰਪ ਤੋਂ ਨਾਲ ਤੇਲ ਪਾਉਂਦੇ ਹਾਂ, ਅਤੇ ਚਾਏ ਪੀਣੇ ਥੋੜ੍ਹੀ ਜੀ, ਪੀ ਕੇ ਲਖਰ ਫਿਰ ਨਿਕਲਦੇ ਹਾਂ ਮੁਲਤਾਨ ਦੇ ਸਫ਼ਰ 'ਤੇ ਜੀ। ਆਹ ਦੇਖੋ ਜੀ ਮੱਛਲੀ ਫਾਰਮ, ਇਹ ਮੁਲਤਾਨ ਜਾਂਦੇ ਹੋਏ ਰਸਤੇ 'ਚ ਆਉਂਦੇ, ਰੋਡ ਦੇ ਨਾਲ ਹੀ ਬਿਲਕੁਲ ਤਕਰੀਬਨ 3-6 ਬਣਾਏ ਹੋਏ ਮੱਛਲੀ ਫਾਰਮ ਵਿੱਚ ਮੱਛਲੀਆਂ ਨਜ਼ਰ ਤਾਂ ਨਹੀਂ ਆ ਰਹੀਆਂ। ਅਤੇ ਇਹ ਦੇਖੋ ਪਾਣੀ, ਤਾਜ਼ਾ ਪਾਣੀ ਪੈ ਰਿਹਾ ਵਿੱਚ, ਬੜੇ ਵੱਡੇ ਰਕਬੇ ਦੇ ਵਿੱਚ ਫੈਲਿਆ ਹੋਇਆ। ਉਹ ਨਜ਼ਰ ਆਉਂਦੀਆਂ ਮੱਛਲੀਆਂ ਛਾਲਾਂ ਮਾਰਦੀਆਂ, ਤਾਂ ਉਹ ਅੱਗੇ ਜਾ ਕੇ ਮੱਛਲੀਆਂ ਹੋਣੀਆਂ ਵਾ ਵਿੱਚ, ਬੱਚ ਪਾਇਆ ਹੋਣਾ, ਹੁਣ ਤਿਆਰ ਹੋਣਗੀਆਂ ਸਰਦੀਆਂ ਦੇ ਵਿੱਚ, ਮੌਸਮ ਆ ਰਿਹਾ ਵਾ ਮੱਛੀਆਂ ਦਾ। ਇਹਦੇ ਕੋਈ ਬੜੇ ਵੱਡੇ ਰਕਬੇ ਦੇ ਵਿੱਚ ਫੈਲਿਆ ਹੋਇਆ, ਸਾਹਮਣੇ ਰੋਡ ਜਾ ਰਿਹਾ ਮੁਲਤਾਨ ਮੀਆਂ ਵਾਲੀ ਬਾ, ਰਹਿ ਗਿਆ ਵਾ ਤਕਰੀਬਨ 40 ਕਿਲੋਮੀਟਰ ਸਫ਼ਰ ਰਹਿ ਗਿਆ ਸਾਡਾ। ਅੱਲਾ ਖੈਰ ਕਰੇ, ਨਿਕਲਦੇ ਹਾਂ ਆਸਤਾ ਆਸਤਾ। ਇਹ ਦੇਖੋ ਜੀ ਪਰਿੰਦੇ ਪਾਣੀ ਦੇ ਉੱਤੇ ਉਤਰਦੇ ਪਏ ਆ, ਚਕੋਰਾਂ ਕਹਿ ਲਓ ਇਹਨਾਂ ਨੂੰ, ਭਾਵੇਂ ਜੋ ਮਰਜ਼ੀ ਕਹਿ ਲਓ। ਹੈੱਡ ਮੁਹੰਮਦ ਵਾਲਾ ਮੁਲਤਾਨ ਵਾਲਾ ਰੋਡ ਆ ਗਿਆ ਜੀ। ਇਹ ਸਾਹਮਣੇ ਸਿੱਧਾ ਜਗ੍ਹਾ ਮੁਜ਼ੱਫਰਗੜ੍ਹ, ਇਹ ਰੋਡ ਆ ਗਿਆ ਮੁਲਤਾਨ। ਇਹ ਸਾਹਮਣੇ ਪਰੇ ਨਹਿਰਾਂ ਵਾ ਦੋ, ₹200 ਦਾ 5 ਕਿਲੋ ਲਸਣ। ਇਹ ਜੀ ਮੁਲਤਾਨ ਰੋਡ। ਇਹ ਦੇਖੋ ਜੀ ਹੈੱਡ ਮੁਹੰਮਦ ਵਾਲੀ ਬੜੀ ਵੱਡੀ ਨਹਿਰ ਹੈ ਜੀ, ਇਹ ਦਰਿਆ ਸਿੰਘ 'ਚੋਂ ਨਿਕਲਦੀ ਹੈ, ਦੋ ਨਹਿਰਾਂ, ਇੱਕ ਇਹ ਨਹਿਰ ਇੱਕ ਪਰਲੇ ਪਾਸੇ ਆ। ਅਤੇ ਇਹ ਸਾਹਮਣੇ ਰੋਡ ਆ ਮੁਲਤਾਨ ਵਾਲਾ, ਅਤੇ ਹੈੱਡ ਮੁਹੰਮਦ ਵਾਲੇ 'ਤੇ ਰੁਕੇ ਸੀ ਪਾਣੀ ਪੀਣ ਵਾਸਤੇ। ਇਹ ਸਾਹਮਣੇ ਬਾਗ ਅੰਬਾਂ ਦਾ, ਉਹ ਮੁਲਤਾਨ ਰੋਡ
दरिया के पुल के उत्तों लंघते पे इलाका शुरू हो गया मुल्तान वाला चनाब सब सबज फसल लाइया हुई मूंजिया लोगों ने मुल्तान रोड है दरिया वग रहा जी जै जमें मौसम सर्दियाँ आ रही पानी खुश्क हो रहा इधर देखो पानी जरा दरिया का इन्ना वगदा पाया बाकी दरिया खुश हो गया गर्मी आनी है फिर दरिया चलेगा गुरदान शहर दाखिल हो गए जी है सामने उत्ते मेट्रो गुजर रही है ख्याल करे जा रहे हैं 14 नंबर चुंगी थे हूँ मेट्रो जी मुल्तान वाली है ये पूरे मुल्तान च घूमती है सब वर्ग कभी गए तो कभी गए जी मेट्रो जा रही है जिधर मेट्रो घूमेगी उधर अभी घूमना है देखो मेट्रो जी मुल्तान की मार्केट कपड़े की इतों गर्म चादर लाइया जी सामने काटन 2 पीस लीलन 2 पीस 3 पीस बाकी टवीटा वगैरह मिल जाएगा इन्हों तो मर्दाना वरायटी लई है होर बस साड़ी शॉपिंग मुकम्मल हो चली है दुकान वास्ते माल लैन आए थे तो लैके तला खैर करे हम फाइनल चला तो निकलते हैं वापसी यार ये असं मुल्तान चो निकल आए हैं अपना कपड़ा लैके माल का दुकानदारी का तो हम दरिया के नज़दीक खड़े हैं तो इतों मच्छी लै रहे थे तो मच्छी तलाई कराई है किलो मल्ली मच्छी दरिया की दस रहा भाई अल्लाह खैर करे ए सामने रोड जा रहा मुल अपना मियाँवाली रोड मुल्तान तो
जी मुल्तान तो वापस आ रहे हैं, वापस आते हैं। मच्छी तलाई की इसकी मल्ली मच्छी है जी, ये खा के अल्लाह खैर करें निकलते हैं। सफ़र लंबा साढ़ा भी, तो जिन्हें भरावान ने खानी है तो आ जाओ। ऐसे बिस्मिल्लाह पढ़ते पे हैं, बिस्मिल्लाह रहमान रहीम। घर फतेहपुर